ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੁੱਲੂਦਾਰਾ ਵਿੱਚ ਗੰਦੇ ਨਾਲੀ ਦੀ ਨਿਕਾਸੀ ਨੂੰ ਲੈ ਕੇ ਪੰਚਾਇਤ ਵੱਲੋਂ ਪਿੰਡ ਦੀ ਸੁਵਿਧਾ ਦੇ ਲਈ ਬਣਾਇਆ ਜਾ ਰਿਹਾ ਤਲਾਬ ਪਿੰਡ ਵਾਸੀਆਂ ਦੇ ਲਈ ਅਸੁਵਿਧਾ ਬਣਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਚੱਲਦੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਲਾਅ ਤੇ ਗ੍ਰਾਮ ਪੰਚਾਇਤ ਦਾ ਕੜਾ ਵਿਰੋਧ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਵਿਧਾਇਕ ਵੀ ਪਿੰਡ ਵਾਸੀਆਂ ਦੇ ਹੱਕ ਵਿੱਚ ਖੜੇ ਹੋਏ ਦਿਖਾਈ ਦਿੱਤੇ। ਸਰ ਇਹ ਆ ਵੀ ਸਾਡਾ ਇਹ ਛੱਪੜ ਕੋਈ ਨਹੀਂ ਗਾ, ਪੰਚਾਇਤੀ ਜਗ੍ਹਾ ਜ਼ਰੂਰ ਵਾ। ਇਹਦੇ ਵਿੱਚ ਕੋਈ ਗਰਾਊਂਡ ਬਣਾ ਲਏ, ਕੋਈ ਨਿਆਣਿਆਂ ਦੇ ਖੇਡਣ ਲਈ ਬਣਾ ਲਏ, ਪਿੰਡ ਦੇ ਸੈਂਟਰ ਦੇ ਵਿੱਚ ਹੈਗਾ, ਲਾਗੇ ਸਾਡੇ ਘਰ ਨੇ ਸਾਡਾ, ਕੋਈ ਨਿਆਣਾ ਵਿੱਚ ਡਿੱਗ ਪਿਆ, ਕੋਈ ਡੰਗਰ ਡਿੱਗ ਪਿਆ, ਬਹੁਤ ਮੁਸ਼ਕਲ ਆ ਜਾਂਦੀ ਆ, ਮੌਤ ਵੀ ਹੋ ਸਕਦੀ ਆ। ਇਹ ਜਿੱਦਬਾਜ਼ੀ ਨਾਲ ਸਰਪੰਚ ਕਰ ਰਿਹਾ ਵਾ, ਸਾਡੀ ਕੋਈ ਸੁਣਾਈ ਨਹੀਂ ਕੀਤੀ, ਧੱਕੇ ਨਾਲ ਇੱਥੇ ਛੱਪੜ ਪੁੱਟਦਾ ਵਾ, ਬਲਕਿ ਆਲਰੇਡੀ 2.5-3 ਕਿੱਲੇ ਦਾ ਛੱਪੜ ਪਿੰਡ ਦਾ ਹੈਗਾ ਚੱਲ ਰਿਹਾ ਵਾ, ਉਹਦੇ 'ਚ ਵਿਕਾਸ ਨਹੀਂ ਕਰ। ਅਸੀਂ ਤਾਂ ਚਾਹੁੰਦੇ ਵੀ ਇਨਸਾਫ ਹੀ ਮਿਲੇ ਸਾਨੂੰ। ਇੱਥੇ ਜੋ ਮਰਜ਼ੀ ਬੱਚਿਆਂ ਦੇ ਖੇਡਣ ਲਈ ਬਣਾਇਆ ਜਾਏ, ਜਿੱਦਾਂ ਮਰਜ਼ੀ ਪੰਚਾਇਤ 'ਚ ਵਰਤਣ, ਪੰਚਾਇਤ ਘਰ ਵੀ ਬਣ ਸਕਦਾ ਵਾ। ਸਾਡੇ ਬੂਹੇ ਗਾੜੀ ਗੰਦ ਪਾਉਣ ਡਏ ਆ, ਬੂਹੇ ਗਾੜੀ ਵਿਕਾਸ ਕਾਹਦਾ ਵਾ, ਇਹ ਵਿਕਾਸ ਨਹੀਂ ਕਰਨ ਡਏ, ਇਹ ਤਾਂ ਸੱਤਿਆਨਾਸ਼ ਕਰਨ ਡਏ ਪਿੰਡ ਦਾ। ਮੁਸ਼ਕਲ ਇਹ ਵੀ ਸੜਕ ਲੰਘਦੀ ਆ, ਨਿੱਕੇ ਨਿੱਕੇ ਬੱਚੇ ਖੇਡਦੇ ਆ, ਮਾਲ ਡੰਗਰ ਵੀ ਆ, ਕੋਈ ਵੀ ਡਿੱਗ ਕੇ ਨੁਕਸਾਨ ਹੋ ਸਕਦਾ ਮਾਲੀ। ਸਾਰੇ ਘਰਾਂ ਦਾ ਇੱਥੇ ਪਾਣੀ ਜਿਹੜਾ ਵਾ ਬਾਹਰੋਂ ਆਉਂਦਾ, ਲਾਗੇ ਘਰਾਂ ਵਾਲਾ ਪੈਣ ਨਹੀਂ ਡਿਆ, ਜਿਹੜਾ 2.5-3 ਕਿੱਲੇ ਤੁਹਾਡੇ ਪਰਲੇ ਬੰਨੇ ਛੱਪੜ ਵਾ, ਤਾਂ ਵਿਕਾਸ ਜਿਹੜਾ ਉੱਥੇ ਚਾਹੀਦਾ ਵਾ। ਇਹ ਜੀ ਸਾਡੇ ਘਰਾਂ ਦੇ ਵਿੱਚ ਛੱਪੜ ਬਦੋ ਬਦੀ ਧੱਕੇ ਨਾਲ ਬਣਾ ਰਹੀ ਆ, ਨਾਲ ਸਾਡੇ ਘਰ ਨੇ ਨਿੱਕੇ ਨਿੱਕੇ ਨਿਆਣੇ ਆ ਸਾਡੇ, ਇੱਥੇ ਖੇਡਦੇ ਆ, ਕੋਈ ਵਿੱਚ ਡਿੱਗ ਕੇ ਮਰ ਸਕਦਾ, ਕੋਈ ਡੰਗਰ ਵਿੱਚ ਡਿੱਗ ਕੇ ਮਰ ਸਕਦਾ, ਜੇ ਕੋਈ ਡੰਗਰ ਡਿੱਗ ਸਕਦਾ ਤਾਂ ਉਹ ਨਿਕਲ ਨਹੀਂ ਸਕਦਾ, ਬੰਦਾ ਤਾਂ ਬਹੁਤ ਹੀ ਔਖਾ, ਡੱਕਣੇ ਆ ਤੇ ਉਹ ਸਾਡੇ ਗਲ ਪੈਂਦੇ ਆ ਧੱਕੇ ਨਾਲ, ਸਗੋਂ ਵੱਧ ਪੁੱਟਦੇ ਆ, ਸਗੋਂ ਜ਼ਿਆਦਾ। ਇਹ 20 ਫੁੱਟ ਡੂੰਘਾ ਟੋਆ ਕਰ ਦਿੱਤਾ ਇਹਨਾਂ ਨੇ, 20 ਫੁੱਟ ਡੂੰਘਾ ਕਿਸੇ ਪਿੰਡ 'ਚ ਛੱਪੜ ਨਹੀਂ ਗਾ ਅਜੇ ਤੱਕ, ਇਹ ਧੱਕੇ ਨਾਲ 20 ਫੁੱਟ ਕਰਾ ਦਿੱਤਾ ਹੈ। ਮਸਲਾ ਇਹ ਹੋਈ ਆ ਵੀ ਛੱਪੜ ਪਟਾਇਆ ਜਾ ਰਿਹਾ, ਹਨਾ, ਬਿਲਕੁਲ ਲਾਗੇ ਆਏ ਦੋ ਸਾਰੇ ਘਰ ਆ, ਛੋਟੇ ਛੋਟੇ ਬੱਚੇ ਵੀ ਲੰਘਦੇ ਆ, ਗੱਡੀਆਂ ਮੋਟਰਾਂ ਸਭ ਕੁਛ ਲੰਘ ਰਿਹਾ, ਡੰਗਰ ਵੀ ਹੋ ਸਕਦਾ ਖੋਲ ਸਕਦੇ, ਡੇਗ ਸਕਦਾ ਵਿੱਚ, ਤੇ ਨਹੀਂ ਜੇ ਡੇਗ ਪਿਆ ਤੇ ਵਿੱਚੋਂ ਕੁਛ ਨਿਕਲ ਨਹੀਂ ਸਕਦਾ, ਬਹੁਤ ਜ਼ਿਆਦਾ ਡੂੰਘਾ ਵਾ, ਬੱਚਾ ਵੀ ਡੇਗ ਪਿਆ ਤੇ ਮੌਤ ਦਾ ਡਰ ਆ। ਇਹ ਛੱਪੜ ਜਿਹੜਾ ਵਾ ਜੀ, ਇਹ ਸਰਕਾਰੀ ਜਮ੍ਹਾਂਬੰਦੀ ਦੇ ਵਿੱਚ ਵੀ ਛੱਪੜਿਆ, ਹੁਣ ਪੁਰਾਣਾ ਚੱਲ ਰਿਹਾ 40 ਸਾਲ ਤੋਂ, ਇੱਥੇ ਕੋਈ ਤਕਰੀਬਨ 15 ਘਰਾਂ ਦਾ ਪਾਣੀ ਇਹਦੇ ਵਿੱਚ ਜਾ ਰਿਹਾ। ਇੱਥੇ ਅੱਜ ਤੋਂ ਪਹਿਲਾਂ ਦੇਖਦੇ ਤਾਂ ਬਹੁਤ ਗੰਦਗੀ ਸੀ, ਰੂੜੀਆਂ ਲੱਗੀਆਂ ਹੋਈਆਂ ਸੀ, ਉਹਨਾਂ ਦੀਆਂ ਚੁਕਾ ਕੇ ਰੂੜੀਆਂ ਅਸੀਂ ਇਹਨੂੰ ਡੂੰਘਾ ਕਰਕੇ ਫਿਰ ਉਹਦੇ ਉੱਤੇ 4 ਦੀਵਾਰੀ ਕਰਾਂਗੇ, ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ, ਕੋਈ ਬੱਚਾ ਨਾ ਡਿੱਗੇ। ਇਸ ਕਰਕੇ ਅਸੀਂ ਪਿੰਡ ਦਾ ਸਫਾਈ ਕਰਨ ਡਏ ਹਾਂ, ਨਾ ਕਿ ਕੋਈ ਕਿਸੇ ਦੇ ਥਾਂ ਦੇ ਉੱਤੇ ਕਬਜ਼ਾ ਕੀਤਾ। ਅੱਜ ਵੀ ਸਰਕਾਰ ਜਿਹੜਾ ਵੀ ਆ ਕੇ ਜਮ੍ਹਾਂਬੰਦੀ ਕਢਵਾ ਕੇ ਦੇਖ ਲੈਣ, ਉਹਦੇ ਉੱਤੇ ਛੱਪੜ ਹੀ ਬੋਲਦਾ ਆ, ਅਤੇ ਛੱਪੜ ਨਵਾਂ ਨਹੀਂ ਖੋਜਿਆ ਗਿਆ, ਇਹ ਪੁਰਾਣਾ ਛੱਪੜ ਅੱਜ ਤੋਂ 40 ਸਾਲ ਪਹਿਲਾਂ ਤੋਂ ਹੀ ਇੱਥੇ ਚੱਲ ਰਿਹਾ ਜੀ। ਇਹ ਛੱਪੜ 40-50 ਸਾਲ ਤੋਂ ਪਹਿਲਾਂ ਦਾ ਚੱਲ ਰਿਹਾ, ਇਹ ਛੱਪੜ ਦੀ ਸਫਾਈ ਕਰਨੀ, ਉਹ ਛੱਪੜ ਦੇ ਵਿੱਚ ਬਹੁਤ ਰੂੜੀਆਂ ਅਤੇ ਬਹੁਤ ਗੰਦ ਪਿਆ ਸੀ, ਅਤੇ 15-20 ਦਾ ਘਰਾਂ ਦਾ ਪਾਣੀ ਉੱਥੇ ਜਾ ਰਿਹਾ ਲਗਾਤਾਰ ਰੂਟੀਨਾਂ ਵਾ, ਉਹ ਸਫਾਈ ਕਰਨ ਵਾਸਤੇ ਉਹ ਸਾਰਾ ਕੀਤਾ, ਅਤੇ ਉਹ ਸਫਾਈ ਤੋਂ ਬਾਅਦ ਉੱਥੇ 4 ਦੀਵਾਰੀ ਵੀ ਹੋਏਗੀ, ਉੱਥੇ ਤਾਰਾਂ ਵੀ ਲੱਗਣਗੀਆਂ, ਸਭ ਕੁਛ ਹੋਏਗਾ, ਕਿਸੇ ਦਾ ਨੁਕਸਾਨ ਨਾ ਹੋਵੇ। ਦੇਖੋ ਜੀ, ਇਹ ਸਰਪੰਚ ਕਹਿੰਦਾ ਮੈਂ ਛੱਪੜ ਪੁੱਟਿਆ, ਤੁਸੀਂ ਆ ਕੈਮਰਾ ਉੱਧਰ ਨੂੰ ਫੇਰੋ ਵੀ ਛੱਪੜ ਕਿਹੜਾ 20-30 ਫੁੱਟ ਡੂੰਘਾ ਛੱਪੜ ਹੁੰਦਾ, ਅਤੇ ਇਸ ਜਗ੍ਹਾ ਦੇ ਵਿੱਚ ਕਿਸੇ ਪਾਸੇ ਦਾ ਪਾਣੀ ਨਹੀਂ ਪੈਂਦਾ, ਇਹ ਸਿਰਫ ਤੰਗ ਕਰਨ ਲਈ ਸਰਪੰਚ ਨੇ ਇਹ ਕੰਮ ਕੀਤਾ ਵਾ, ਅਤੇ ਬਦਕਿਸਮਤੀ ਆ ਵੀ ਸਰਕਾਰ ਦੇ ਪੈਸਿਆਂ ਦੀ ਖੁਰਦ ਬੁਰਦ ਹੋ ਰਿਹਾ ਵਾ, ਅਤੇ ਇਸ ਪੈਸੇ ਵਿੱਚ ਇਸ ਪਿੰਡ ਦੇ ਵਿੱਚ ਤਾਂ ਪੈਸਿਆਂ ਦੀ ਖਰਾਬੀ ਅੱਗੇ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ। ਛੋਟਾ ਜਿਹਾ ਪਿੰਡ ਆ, ਇੱਥੇ ਪਹਿਲਾਂ ਜਿਹੜਾ ਐਡਮਿਨਿਸਟ੍ਰੇਟਰ ਸੀ ਉਹ ਵੀ 10-11 ਲੱਖ ਰੁਪਈਆ ਖਾ ਗਿਆ, ਹੁਣ ਵੀ ਪੈਸੇ ਖਾਧੇ ਜਾ ਰਹੇ ਨੇ। ਚਲੋ, ਪਰਮਾਤਮਾ ਨੇ ਜੇ ਮਿਹਰ ਕੀਤਾ, ਲੋਕਾਂ ਨੇ ਸਾਥ ਦਿੱਤਾ, ਸਰਕਾਰ ਆਈ, ਅਤੇ ਸਾਰੇ ਕੰਮਾਂ ਦਾ ਹਿਸਾਬ ਲਵਾਂਗੇ, ਅਤੇ ਜਿਹੜਾ ਛੱਪੜ ਪੁੱਟਣ ਡੇ ਇਹਦਾ ਵੀ ਠੀਕ ਕਰਾਂਗੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।